ਕੇਵਲ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸ ਸੋਮ ਸਹੋਤਾ ਤੇ ਲੈ ਕੇ ਹਾਜ਼ਰ ਹੈ ਖਰੀਆਂ ਖਰੀਆਂ ਮਹਾਰਾਸ਼ਟਰ ਦੀ ਗੱਲ ਕਰੀਏ ਤੇ ਮਹਾਰਾਸ਼ਟਰ ਦੀ ਮਤਲਬ ਜੇ ਸਰਕਾਰ ਦੀ ਗੱਲ ਕਰੀਏ ਤੇ ਬੀਜੇਪੀ ਤੇ ਸ਼ਿਪਸੈਨਾ ਨੇ ਸਾਂਝੇ ਤੌਰ ਤੇ ਮਤਲਬ ਉਥੇ ਦੀਆਂ ਚੋਣਾਂ ਵਿੱਚ ਸ਼ਿਰਕਤ ਕੀਤੀ ਸੀ ਔਰ ਮਾਸ਼ਾਅੱਲਾ ਕਾਫੀ ਅੱਛੀ ਲੀਡ ਤੇ ਸ਼ਿਪਸੈਨਾ ਨੇ ਵੀ ਜਿੱਤ ਪ੍ਰਾਪਤ ਕੀਤੀ ਔਰ ਬੀਜੇਪੀ ਨੇ ਵੀ ਜਿੱਤ ਪ੍ਰਾਪਤ ਕੀਤੀ ਔਰ ਦੂਜੇ ਪਾਸੇ ਜੇ ਆਪਾਂ ਐਨਸੀਪੀ ਤੇ ਕਾਂਗਰਸ ਦੀ ਗੱਲ ਕਰੀਏ ਤੇ ਪਿੱਛੇ ਇਹ ਵੀ ਨਹੀਂ ਰਹੇ ਇਹਨਾਂ ਨੇ ਵੀ ਪੂਰੇ ਜ਼ੋਰ ਲਾ ਕੇ ਇਸ ਇਲੈਕਸ਼ਨ ਦੇ ਵਿੱਚ ਖਾਸੀਆਂ ਸੀਟਾਂ ਜਿਹੜੀਆਂ ਉਹ ਜਿੱਤੀਆਂ ਨੇ ਲੇਕਿਨ ਬੀਜੇਪੀ ਦਾ ਕਿਹਾ ਜਾਂਦਾ ਹੈ ਕਿ ਕਿਤੇ ਨਾ ਕਿਤੇ ਬੀਜੇਪੀ ਨੇ ਸ਼ਿਪਸ ਨਾਲ ਧੋਖਾ ਕੀਤਾ ਕਿਹਨੇ ਕੀਤਾ ਇਹ ਤਾਂ ਉਹ ਲੋਕ ਜਾਣਦੇ ਨੇ ਲੇਕਿਨ ਹੁਣ ਇਹਨਾਂ ਦੀ ਜੋ ਪਹਿਲਾਂ ਗੱਲ ਹੋਈ ਸੀ ਕਿ 2.5 ਸਾਲ ਤੱਕ ਮਹਾਰਾਸ਼ਟਰ ਦੇ ਬਤੌਰ ਮੁੱਖ ਮੰਤਰੀ ਦੇ ਤੌਰ ਤੇ ਅਸੀਂ ਸੇਵਾ ਕਰਾਂਗੇ ਲੇਕਿਨ ਬੀਜੇਪੀ ਆਪਣੇ ਕੀਤੇ ਹੋਏ ਵਾਅਦੇ ਤੋਂ ਕਿਤੇ ਨਾ ਕਿਤੇ ਮੁਨਕਰ ਹੋ ਰਹੀ ਹੈ ਕਾਫੀ ਦੇਰ ਤੋਂ ਇਹ ਸਿਲਸਿਲਾ ਚੱਲਦਾ ਆ ਰਿਹਾ ਬੀਜੇਪੀ ਅਜੇ ਵੀ ਅੜੀ ਹੋਈ ਹੈ ਸ਼ਿਵ ਸੈਨਾ ਵੀ ਅੜੀ ਹੋਈ ਹੈ ਕਿ ਢਾਈ ਢਾਈ ਸਾਲ ਦਾ ਜਿਹੜਾ ਆਪਣਾ ਮਤਲਬ ਗੱਲਬਾਤ ਹੋਈ ਸੀ ਉਸ ਤੇ ਤੁਸੀਂ ਕਾਇਮ ਰਹੋ ਪਰ ਬੀਜੇਪੀ ਵਾਲੇ ਮੰਨਣ ਨੂੰ ਤਿਆਰ ਨਹੀਂ ਹੈ ਲੇਕਿਨ ਸ਼ਿਵ ਸੈਨਾ ਦੇ ਮੁਖੀ ਉਦਵ ਠਾਕਰੇ ਜੀ ਨੇ ਕੁਝ ਇੱਕ ਬਿਆਨ ਦਿੱਤਾ ਹੈ ਕੀ ਬਿਆਨ ਦਿੱਤਾ ਹੈ ਆਓ ਸੁਣਦੇ टर्म्स और कंडीशन अभी आपके आपको ही बता दू तो फिर उनके साथ चर्चा क्या करूं मैं किस, किस तरीके से चर्चा मतलब सुनिए पहले मैं बात स्पष्ट करना चाहता हूँ महाराष्ट्र में सरकार स्थापित करना ये कोई मजाक की बात नहीं है और खास कर भिन्न विचारधारा के पक्ष एक साथ आकर कुछ सरकार चलाना चाहते हैं तो कुछ मुद्दों पर चर्चा होनी जरूरी होती है आवश्यक होता है और इसीलिए जैसे अभी आपने देखा होगा कि पवार साहब थे अहमद पटेल जी थे और उन्होंने स्वयं कहा है कि कल पहली बार शिवसेना ने यानी मई ने कल संपर्क किया इसका अर्थ ये हुआ कि हमारे बारे में जो एक बातें फैलाई जा रही थी कि बीजेपी के साथ बातचीत करने के लिए हमारे पास समय नहीं है वो समय तो मैंने उसका भी स्पष्टीकरण दिया था कि समय था लेकिन जिस तरीके से बात हो रही थी वो मुझे पसंद नहीं था इसलिए मैंने चर्चा रोकी थी तो कल पहली बार मैंने संपर्क किया है और मैंने कहा कि अगर कुछ अलग करना चाहते हैं तो हम साथ अगर आते हैं तो नई दिशा राज्य को और देश को मिल सकती देखना हूं ये होएगा कि महाराष्ट्र न किस सरकार मिलती है बीजेपी ਸ਼ਿਪਸ ਐਨਾ ਦੀ ਜਾਂ ਭਾਜਪਾ ਕਾਂਗਰਸ ਜਾਂ ਐਨਸੀਪੀ ਇਹ ਸਾਰੇ ਭਵਿੱਖ ਦੀ ਗੋਦ ਵਿੱਚ ਹੈ ਔਰ ਇਸ ਤੇ ਸਾਡੀ ਪੂਰੀ ਤਰ੍ਹਾਂ ਨਜ਼ਰ ਹੈ ਅੰਤ ਵਿੱਚ ਤੁਸੀਂ ਵੀ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ